ਜ਼ਮੀਨ ਦਾ ਇੰਤਕਾਲ ਕਰਾਉਣ ਲਈ ਪਟਵਾਰੀ ਨੂੰ 7 ਲੱਖ ਦੀ ਰਿਸ਼ਵਤ ਮੰਗਣੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਪੀੜਤ ਪਰਿਵਾਰ ਨੇ ਤਹਿਸੀਲ ਦੇ ਅੰਦਰ ਹੀ ਵੱਡਾ ਹੰਗਾਮਾ ਕੀਤਾ ਤੇ ਨਾਰੇਬਾਜ਼ੀ ਕੀਤੀ ਅਤੇ ਇਸ ਮਾਮਲੇ ਦੇ ਵਿੱਚ ਨਾਇਬ ਤਹਿਸੀਲਦਾਰ ਦੇ ਉੱਤੇ ਵੀ ਇਲਜ਼ਾਮ ਲਗਾਏ ਨੇ ਕਿ ਉਸ ਵੱਲੋਂ ਵੀ ਰਿਸ਼ਵਤ ਮੰਗੀ ਜਾ ਰਹੀ ਹੈ। ਦਰਅਸਲ ਸਮਰਾਲਾ ਦੀ ਤਹਿਸੀਲ ਦੇ ਵਿੱਚ ਇਹ ਹੰਗਾਮਾ ਹੋਇਆ ਅਤੇ ਇਸ ਤਹਿਸੀਲ ਦੇ ਵਿੱਚ ਲੱਗੇ ਪਟਵਾਰੀ ਚਮਨ ਲਾਲ ਦੇ ਵੱਲੋਂ ਪਿੰਡ ਮਾਣਕੀ ਦੀ ਜ਼ਮੀਨ ਦਾ ਇੰਤਕਾਲ ਚੜਾਉਣ ਲਈ 7 ਲੱਖ ਰੁਪਏ ਦੇ ਰਿਸ਼ਵਤ ਮੰਗੀ ਗਈ ਹੈ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਉੱਤੇ ਵੀ ਮਿਲੀ ਭੁਗਤ ਦੇ ਇਲਜ਼ਾਮ ਲੱਗੇ ਨੇ ਅਤੇ ਰੋਜ਼ ਦੇ ਵਿੱਚ ਆ ਕੇ ਪੀੜਤ ਪਰਿਵਾਰ ਤੇ ਉਹਨਾਂ ਦੇ ਸਾਥੀਆਂ ਨੇ ਸਮਰਾਲਾ ਤਹਿਸੀਲ ਦੇ ਵਿੱਚ ਗੇਟ ਤੋਂ ਸ਼ੁਰੂ ਹੋ ਕੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਤੱਕ ਜੰਮ ਕੇ ਨਾਰੇਬਾਜ਼ੀ ਕੀਤੀ। ਪੀੜਤ ਪਰਿਵਾਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਤੇ ਪੀੜਤ ਜਸਬੀਰ ਸਿੰਘ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੀ ਜ਼ਮੀਨ ਦਾ ਇੰਤਕਾਲ ਕਰਾਉਣ ਲਈ ਕਰੀਬ 9 ਮਹੀਨੇ ਤੋਂ ਸਮਰਾਲਾ ਤਹਿਸੀਲ ਦੇ ਵਿੱਚ ਚੱਕਰ ਲਗਾ ਰਿਹਾ ਅਤੇ ਹੁਣ ਤੱਕ 20,000 ਰੁਪਏ ਦੀ ਰਿਸ਼ਵਤ ਪਟਵਾਰੀ ਚਮਨ ਲਾਲ ਨੂੰ ਦੇ ਚੁੱਕਾ ਤੇ ਹੁਣ ਪਟਵਾਰੀ ਚਮਨ ਲਾਲ ਦੇ ਵੱਲੋਂ 7 ਲੱਖ ਰੁਪਏ ਦੀ ਰਿਸ਼ਵਤ ਇੰਤਕਾਲ ਚੜਾਉਣ ਲਈ ਮੰਗੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪਰਿਵਾਰ ਦਾ ਗੁੱਸਾ 7ਵੇਂ ਆਸਮਾਨ ਤੇ ਪਹੁੰਚ ਗਿਆ ਤੇ ਤਹਿਸੀਲ ਦੇ ਅੰਦਰ ਹੀ ਖੂਬ ਹੰਗਾਮਾ ਕੀਤਾ। ਇਹ ਆਪਣੇ ਪਿੰਡ ਦੀ ਮਾਨਕੀ ਦੇ ਵੀਰ ਹੋਣੀ ਨੇ, ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਸੀ। 9 ਮਹੀਨੇ ਤੋਂ ਅਸੀਂ ਗੇੜੇ ਮਾਰਦੇ ਹਾਂ ਨਾ ਕੋ ਚਮਨ ਲਾਲ ਜੀ ਨੂੰ, ਅਸੀਂ ਹੱਥ ਬੰਨ ਕੇ ਵੀ ਬੇਨਤੀ ਕੀਤੀ ਹੈ, ਦੇਖੋ ਅਸੀਂ ਰੋਜ਼ ਆਉਣਾ ਤਸਵੀਰ 'ਚ, ਅਸੀਂ ਕਿਸੇ ਨਾਲ ਦੁਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂ ਗਏ ਵੀ ਚਲੋ ਜੋ ਕੰਮ ਪਿਆਰ ਨਾ ਹੋ ਜਾਵੇ ਉਹ ਲੜਾਈ ਨਾ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ, ਠੀਕ ਹੈ ਜੀ। ਗੱਲ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਤੇ ਕਹਿੰਦੇ ਕੁਰਸੀਨਾਮਾ ਪਟਵਾਰੀ ਸਾਹਿਬ, ਕਹਿੰਦੇ ਤੁਹਾਡਾ ਫਰਜ਼ ਸੀਗਾ ਕਰਾਉਣ ਦਾ, ਕੁਰਸੀਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ਼ ਨਹੀਂ ਸੀ, ਤਹਿਸੀਲਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ। ਚਮਨ ਲਾਲ ਜੀ, ਚਮਨ ਲਾਲ ਤਹਿਸੀਲਦਾਰ ਸਾਹਿਬ ਸਾਨੂੰ ਅੱਜ ਕਹਿੰਦੇ ਤੁਸੀਂ ਦੱਸਣਾ ਸੀ, ਕਹਿੰਦੇ ਤੁਹਾਨੂੰ ਪਤਾ ਨਹੀਂ ਤੁਸੀਂ ਜੱਟ ਜ਼ਿਮੀਂਦਾਰ ਹੋ, ਤੁਸੀਂ ਆਪ ਦੱਸੋ ਪਟਵਾਰੀ ਨੂੰ ਨਹੀਂ ਪਤਾ, ਜਿਹੜਾ ਆਪਣੀ ਪੋਸਟ ਤੇ ਆਇਆ ਉਹਨੂੰ ਵੀ ਤਾਂ ਪਤਾ ਵੀ ਆਪਾਂ ਇਹਨਾਂ ਨੂੰ ਕੁਰਸੀਨਾਮੇ ਦਾ ਦੱਸੀਏ। 7 ਲੱਖ ਰੁਪਏ ਚਮਨ ਲਾਲ ਨੇ ਜੱਗੇ ਮਾਨਕੀ ਵੀਰ ਨਾਮ ਇਹ ਤੋਂ ਮੰਗਿਆ, 1 ਲੱਖ ਰੁਪਇਆ ਕੀਲੇ ਦਾ ਮੰਗਿਆ ਜੀ। ਸ਼ੁੱਕਰਵਾਰ ਨੂੰ ਇਹਨੇ ਸਾਨੂੰ ਵਾਅਦਾ ਕੀਤਾ ਵੀ ਮੈਂ ਤੁਹਾਡਾ ਸੋਮਵਾਰ ਨੂੰ ਨੰਬਰ ਨਾ ਸੋਰੀ ਸੋਮਵਾਰ ਨੂੰ ਛੁੱਟੀ ਤੇ ਮੰਗਲਵਾਰ ਨੂੰ ਤੁਹਾਡਾ ਕੰਮ ਕਰਾਊ ਵੀ ਮੰਗਲਵਾਰ ਨੂੰ ਲੰਬੜਦਾਰ ਲਿਆ। ਅੱਜ ਅਸੀਂ ਸਵੇਰ ਦੇ ਹੈਰਾਨ ਹੁੰਦੇ, ਅਸੀਂ ਜੱਟ ਜ਼ਿਮੀਂਦਾਰ ਖੇਤੀਬਾੜੀ ਵਾਲੇ ਬੰਦੇ ਇੰਨੇ ਵਿਹਲੇ ਨੀ, ਇਹਦਾ ਏਸੀ ਵੀ ਬੈਠੇ ਨੇ, ਇਹਨਾਂ ਨੂੰ ਗੱਲਾਂ ਹੁੰਦੀਆਂ ਨੇ ਜੀ। ਭਗਵੰਤ ਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਊਗੀ, ਜੱਦੇ ਇਹਨੇ ਗੰਦ ਇਹਨਾਂ ਦਾ ਇੰਨਾ ਪਾਦਾ ਰਹੇ ਰੱਬ ਦਾ ਨਾ, ਅਸੀਂ ਆਪ ਵੋਟ ਆਮ ਆਦਮੀ ਨੂੰ ਪਾਈ ਸੀ, ਅਸੀਂ ਆਪ ਵੋਟ ਇਨਵੋਲਵ ਪਟਵਾਰੀ ਤੇ ਤਹਿਸੀਲਦਾਰ ਹੋਰ, ਅਸੀਂ ਸਾਰੀ ਕਚਹਿਰੀ ਨੂੰ ਮਾੜਾ ਨਹੀਂ ਕਹਿੰਦੇ, ਬਹੁਤ ਚੰਗੇ ਪਟਵਾਰੀ ਵੀ ਨੇ, ਪਰ ਇਹ ਕੁੱਤ ਕੇ ਗੰਦੇ ਬੰਦਿਆਂ ਨੇ ਸਾਰੇ ਗੰਦੇ ਗੰਦ ਕੀਤਾ ਹੋਇਆ, ਪਿੰਡਾਂ ਵਾਲੀ ਜੱਟ ਸੌਦਾ ਸਾਰੇ ਲਿਆ ਕੇ ਖੇਤੀਬਾੜੀ ਵਾਲੀ ਟਾਲੀਆਂ ਨੂੰ ਨਾਰੇ ਲਾਵਾਂਗੇ ਜੀ, ਕਚਹਿਰੀਆਂ ਕਰ ਦੇਵਾਂਗੇ ਬੰਦ, ਜੇ ਇਹ ਤੇ ਦੂਆ ਮੁੰਡਾ ਦਵਾਈ ਖਾ ਕੇ ਮਰ ਗਏ ਜ਼ਿੰਮੇਵਾਰ ਇਹ ਹੋਣਗੇ। ਸਾਨੂੰ ਦੱਸੋ ਰੀਜ਼ਨ ਕੀ ਆ, ਐਪਲੀਕੇਸ਼ਨ ਇਹ ਤਾਂ ਨਹੀਂ ਆਈ ਹੋਈ, ਨਾ ਦਰਜੀ ਐਸ ਡੀ ਐਮ ਦੇ ਕਰਕੇ ਕੰਮ 6 ਮਹੀਨੇ ਸਾਨੂੰ ਲੰਬਾ ਪਾਉਣਗੇ ਇਹ, ਠੀਕ ਨੀ ਗਾ, ਉਹ ਤਾਂ ਆਉਣਾ ਚਾਹੁੰਦੇ ਨੇ ਸਾਨੂੰ 7 ਮਹੀਨੇ ਤੰਗ ਕੀਤਾ ਗਿਆ ਸਾਨੂੰ, ਹਾਂਜੀ ਹਾਂਜੀ ਤੰਗ ਕਰਦੀ ਆ ਆਹੀ ਗੱਲ ਪਿੱਛੇ ਸਾਡੇ ਪੈਸੇ ਮੋੜੋ, ਦਾਣੇਦਾਰ ਨੇ 10 ਲੱਖ ਵੀ ਨਹੀਂ, ਵਿਚਾਰੇ ਗਰੀਬ ਬੰਦੇ ਨੇ ਜੀ, ਗਰੀਬਾਂ ਨਾਲੇ ਸਾਰਾ ਧੱਕਾ ਹੁੰਦਾ, ਬੜੇ ਬੰਦੇ ਦਾ ਕੰਮ ਹੁੰਦਾ, ਐਮ ਐਲ ਏ ਸਾਹਿਬ ਨੂੰ ਉਹ ਵੀ ਨੀ ਕੋਈ ਕਰਦੇ, ਸਭ ਰਲੇ ਮਿਲੇ ਨੇ ਜੀ, ਸਭ ਰਲੇ ਮਿਲੇ ਨੇ, ਜੇ ਹੱਲ ਨਾ ਹੋਏ ਮਰਨਗੇ ਉਹਦੇ ਜ਼ਿੰਮੇਵਾਰ ਇਹ ਨੇ, ਠੀਕ ਹੈ ਬਈ, ਹਾਂਜੀ ਹਾਂ। ਤੇ ਦੂਜੀ ਨੰਬਰ ਗੱਲ, ਅਸੀਂ ਧਰਨਾ ਲਾਵਾਂਗੇ,
ਦਬਣੇ ਵਾਲੇ ਅਸੀਂ ਹੈ ਨੀਗੇ, ਵੋਟ ਅਸੀਂ ਵੀ ਇਹਨਾਂ ਨੂੰ ਪਾਈ ਸੀ, ਇਹਨਾਂ ਨੂੰ ਵੋਟ ਪਾਈ ਸੀ, ਪਰ ਅੱਜ ਅਸੀਂ ਪਛਤਾ ਰਹੇ ਹਾਂ ਵੀ ਆਹ ਨਾਮ ਮਿਲਣਾ ਸੀ ਸਾਨੂੰ ਇਹਨਾਂ ਨੂੰ ਵੋਟ ਪਾ ਕੇ। ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ, ਠੀਕ ਆ, ਉਹ ਇੰਤਕਾਲ ਨਹੀਂ ਜੀ ਸਾਡੇ ਨਾਲ ਚੱਲ ਰਿਹਾ ਹੈ। ਮਾਨਕੀ ਜੀ ਠੀਕ ਆ, ਸਾਡੇ ਡੈਡੀ 2022 'ਚ ਡੈਥ ਹੋ ਗਈ ਸੀਗੀ, ਅਸੀਂ 5 ਜਾਣੇ ਹੈਗੇ ਹਾਂ ਮਾਲਕ, ਠੀਕ ਆ, ਇਹਨਾਂ ਨੂੰ ਦੱਸਿਆ ਵੀ ਹੋਇਆ ਤਹਿਸੀਲਦਾਰ ਅਤੇ ਪਟਵਾਰੀ ਨੂੰ, ਉਹ ਸਾਡੇ ਨਾਂ ਨਹੀਂ ਇਹ ਕਰ ਰਹੇ, ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ, ਕਿਤੇ ਦੁਪਹਿਰ 'ਚ ਆਉਂਦੇ ਹਾਂ ਕਿਤੇ ਕਿਵੇਂ ਉਕਣੇ ਮੋੜ ਦਿੰਦੇ ਨੇ ਜੀ ਆਏ ਨੂੰ, ਸਾਡਾ ਸਭ ਕੁਝ ਖਾਨਾ ਐਨ ਖਰਾਬ ਹੋਇਆ ਪਿਆ, ਲਿਮਟ ਵਾਲੇ ਸਾਡੇ ਘਰ ਆਉਂਦੇ ਨੇ, ਠੀਕ ਆ, ਸਕੂਲ 'ਚੋਂ ਸਾਡੇ ਬੈਂਡ 'ਚੋਂ ਜਵਾਕ ਲਾ ਤੇ ਜੀ, ਸਕੂਲ ਵਾਲੀ 'ਚੋਂ, ਇਹ ਫਿਰ ਨਹੀਂ ਸੁਣਦੇ ਸਾਡੀ ਜੀ, ਹਾਂਜੀ, ਬਸ ਇਹੀ ਵੀ ਇੰਤਕਾਲ ਚਾਹਾਂਗੇ, ਕਿਉਂਕਿ ਮੇਰਾ ਬ੍ਰਦਰ ਆ ਸੀ ਨਾਲ, ਮੇਰੀ ਭਾਬੀ ਸੀਗੀ ਆਈ, ਠੀਕ ਆ ਜੀ, ਇਹਨਾਂ ਨੇ 10,000 ਰੁਪਇਆ ਪਟਵਾਰੀ ਨੂੰ ਦੇ ਕੇ ਵੀ ਰੱਖਿਆ, ਉਹਨੇ 10-15 ਦਿਨ ਬਾਅਦ ਫੇਰ ਮੋੜਤਾ। ਚਮਨ ਪਟਵਾਰੀ ਆ ਜੀ, ਸਾਰੇ ਪਟਵਾਰੀ ਗਲਤ ਨੀਗੇ, ਚਮਨ ਲਾਲ ਜੀ। ਮਾਮਲਾ ਇਹ ਆ ਜੀ, ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ, ਇਹਨਾਂ ਦੀ ਜ਼ਮੀਨ ਦੇ ਸੰਬੰਧ 'ਚ ਮਾਮਲਾ ਜੀ, ਇਹ ਇੰਤਕਾਲ ਦਰਜ ਆ ਜੀ 11/7/2024 ਦਾ, ਪਹਿਲਾਂ ਇਹਦੀ ਪੜਤਾਲ ਹੋਈ ਆ, ਹੁਣੇ ਮਨਜ਼ੂਰੀ ਲਈ ਪੇਸ਼ ਆ, ਤਹਿਸੀਲਦਾਰ ਸਾਹਿਬ ਨਾਲ ਅਸੀਂ ਗੱਲ ਕਰੀ, ਉਹ ਕਹਿੰਦੇ ਵੀ ਅਸੀਂ ਇਹਨੂੰ SDM ਸਾਹਿਬ ਦੇ ਮੁਤਨਾਜ਼ਾ ਕਰਕੇ ਭੇਜ ਦਿੰਦੇ ਹਾਂ, ਪਰ ਸਾਨੂੰ ਇਸਦਾ ਰੀਜ਼ਨ ਦੱਸਿਆ ਜਾਵੇ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗੀ ਆ ਜਾਵੇ, ਉੱਤੇ ਕੋਈ ਐਲੀਗੇਸ਼ਨ ਆ ਇੰਤਕਾਲ 'ਤੇ, ਜੇ ਇਸ 'ਤੇ ਕੋਈ ਐਲੀਗੇਸ਼ਨ ਇਹ ਨਹੀਂ ਹੈਗਾ, ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਬਣਦਾ ਜੀ? ਹਾਂਜੀ, ਪਟਵਾਰੀ ਮੈਂ ਪਹਿਲਾਂ ਪਟਵਾਰੀ ਕੋਲ ਗਿਆ, ਪਟਵਾਰੀ ਨੂੰ ਮੈਂ ਪਹਿਲਾਂ 20,000 ਰੁਪਇਆ ਦਿੱਤਾ ਵੀ ਇਸ ਸੰਬੰਧ ਦੇ ਵਿੱਚ ਜੀ, ਉਹਨੇ 7,00,000 ਰੁਪਇਆ 1,00,000 ਰੁਪਏ ਕਿੱਲੇ ਦੀ ਮੰਗ ਕਰੀ, ਕਹਿੰਦਾ ਤਹਿਸੀਲਦਾਰ ਸਾਹਿਬ 1,00,000 ਰੁਪਏ ਕਿੱਲਾ ਮੰਗ ਰਹੇ ਨੇ, ਤੁਹਾਡਾ ਇੰਤਕਾਲ ਮਨਜ਼ੂਰ ਕਰਾ ਦਿੰਦੇ ਹਾਂ, 7 ਕਿੱਲੇ ਨੇ ਜੀ ਟੋਟਲ, 7,00,000 ਰੁਪਇਆ। ਫਿਰ ਸ਼ੁੱਕਰਵਾਰ ਨੂੰ ਉਹਨਾਂ ਨੇ ਪਟਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਲੰਬੜਦਾਰ ਨੂੰ ਲਿਆਇਓ, ਮੈਂ ਤੁਹਾਡਾ ਇੰਤਕਾਲ ਮਨਜ਼ੂਰ ਕਰਾ ਦੂੰਗਾ, ਲੰਬੜਦਾਰ ਸਾਹਿਬ ਸਾਡੇ ਨਾਲ ਨੇ ਉੱਧਰ ਬਾਅਦ ਤਹਿਸੀਲ 'ਚ ਬੈਠੇ ਨੇ, ਅਸੀਂ ਉਹ ਪਟਵਾਰੀ ਸਾਹਿਬ ਕੋਲ ਲੈ ਕੇ ਵੀ ਗਏ ਹਾਂ। ਹੁਣ ਆਹ ਦੇਖ ਲੋ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸ ਆ ਜੀ ਤਾਂ ਮੈਨੂੰ ਦੱਸ ਦੋ, ਮੈਂ ਇਹਦਾ ਜਵਾਬ ਦੇ ਹਾਂ, ਇਹਦੇ ਵਿੱਚ ਕੋਈ ਨੁਕਸ ਨਹੀਂ ਹੈਗਾ, ਦੇਖ ਲੋ ਮਨਜ਼ੂਰੀ ਲਈ ਪੇਸ਼ਾ। ਜਦੋਂ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੂਸਾਈਡ ਕਰਦਾ ਜੀ, ਤਾਂ ਅਸੀਂ ਜ਼ਿੰਮੇਵਾਰੀ ਇਹ ਹੋਣਗੇ, ਦੋ ਜਵਾਕ ਨੇ ਇਹ ਗੱਲਾਂ ਮਾਰਦੇ ਨੇ ਉਰੇ। ਨਹੀਂ ਮੈਨੂੰ ਇਸ ਬਾਰੇ, ਮੈਂ ਆਪਣੇ ਰੂਮ 'ਚ ਬੈਠਾ ਹੈਗਾ, ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈਗੀ, ਬਟ ਮੈਂ ਪਟਵਾਰੀ ਨੂੰ, ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ ਸਾਰੇ ਪਟਵਾਰੀ ਨੂੰ ਬੁਲਾਇਆ ਸੀ, ਕਾਨੂੰ ਕੋਲ ਵੀ ਸਾਰੇ ਆਏ ਸੀਗੇ, ਅਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਇੱਦਾਂ ਦਾ ਗੱਲ ਹੈ, ਸਾਡਾ ਇੰਤਕਾਲ ਜਿਹੜਾ ਹੈਗਾ ਤੁਸੀਂ ਨਾ ਮਨਜ਼ੂਰ ਕਰਤਾ ਹੈਗਾ। ਮੈਂ ਪਟਵਾਰੀ ਤੋਂ ਮੰਗਵਾਇਆ ਸੀ ਰਿਕਾਰਡ, ਉਸ ਮੁਤਾਬਕ 23 ਤਰੀਕ ਨੂੰ ਨਾ ਮਨਜ਼ੂਰ ਹੋਇਆ ਹੋਇਆ ਇੰਤਕਾਲ, ਔਰ ਪਟਵਾਰੀ ਦਾ ਔਰ ਕਾਨੂੰ ਕੋਲ ਸਾਹਿਬ ਦਾ ਨੋਟ ਲਿਖਿਆ ਵੀ ਇਹ ਕੁਰਸੀ ਕਾਮਾ ਤਸਦੀਕ ਨਹੀਂ ਹੋਇਆ, ਧਿਰਾਂ ਨੂੰ ਕਈ ਵਾਰ ਫਲਾਣ 'ਤੇ ਕਿਹਾ ਪਰੰਤੂ ਨਹੀਂ ਹੋਇਆ, ਇਸ ਕਰਕੇ ਮੇਰੇ ਵੱਲੋਂ ਨਾ ਮਨਜ਼ੂਰ ਹੋ ਚੁੱਕਾ ਹੈ। ਪਰ ਉਹਨਾਂ ਦਾ ਪੀੜਤ ਪਰਿਵਾਰ ਦਾ ਇਹ ਗੱਲ ਕਹਿਣਾ ਕਿ 7,00,000 ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਕਿ 7,00,000 ਤੁਹਾਨੂੰ ਦੇ ਦਿਓ ਅਤੇ ਕੱਲ੍ਹ ਇੰਤਕਾਲ ਚੜ ਜਾਵੇ। ਨਹੀਂ ਜੀ, ਮੇਰੇ ਕੋਈ ਐਸੀ ਵੀ ਕੋਈ ਨੌਲੇਜ ਨਹੀਂ ਹੈ, ਔਰ ਨਾ ਹੀ ਤਹਿਸੀਲ ਦੇ ਵਿੱਚ ਕੋਈ ਕਿਸੇ ਤੋਂ ਪੈਸਾ ਲਿਆ ਜਾਂਦਾ, ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮੈਨੂੰ ਉਸ ਵਾਰੇ ਇਲਜ਼ਾਮ ਬਾਰੇ ਕੋਈ ਨੌਲੇਜ ਨਹੀਂ ਹੈ। ਮੈਨੂੰ ਦੱਸਣ ਜੀ, ਉਹ ਕੋਈ ਦੇ ਨਾ ਆਪਣਾ ਕੋਈ ਸਬੂਤ ਦੇਣ, ਉਹਦਾ ਸਬੂਤ ਹੈ, ਮੈਂ ਉੱਚ ਅਧਿਕਾਰੀ ਨੂੰ ਭੇਜ ਦਾਂਗਾ। ਨਹੀਂ ਮੈਨੂੰ ਨਹੀਂ ਇਸ ਬਾਰੇ ਪਤਾ, ਤੁਹਾਡੇ ਵੱਲੋਂ ਕੋਈ ਜਾਣਕਾਰੀ ਦਿੱਤੀ ਜਾਵੇਗੀ ਐਸ ਡੀ ਐਮ ਸਾਹਿਬ ਤੱਕ ਜਾਊਗੀ? ਹਾਂਜੀ, ਮੈਂ ਐਸ ਡੀ ਐਮ ਸਾਹਿਬ ਦੀ ਨੋਲੇਜ ਲਾ ਦਿੰਦਾ ਇਹ ਸਾਰੀ ਗੱਲ।